बीबी बसंत कौर गुरु गोबिंद सिंह महाराज के दर्शनों नूं आ रही है। रस्ते विच चार रंगड़ लुटेरे गए लोग उत्थे रंगड़ लवज गलत नीयत ना बह गए। उस बीबी दियां बेनतियां निकलियां जिहदे दर्शनां नूं जा रही हां मेरी राखी कर मेरी पैज रख इतिहास ने आएंजी दीवान लगा उस दीवान च गुरु गोबिंद सिंह बैठे गुरु गोबिंद सिंह जी एकदम उठे श्री साहब कट ली इंज चार वारी घुमा के फिर बयान च पाई ते बह गए आखो सतनाम सारे सिख चंगे कुछ होंगे अद्धे विके अद्धे नहीं कुछ होंगे सत्तर पैसे विके तीह पैसे नहीं कुछ होंगे भी वड्याई भी कर देंगे कदी कदी दूजे बने भी पर जेड़े सिख समर्पित सी उन्हें गोडे फड़ ले गुरु हसे ते कोई राज गुरु एकदम उठ के तुर पे ते कोई राज गुरु वैराग जहाजे ते राज एकदम उठ के चार बारी श्री साहब को आई महाराज की राज आखो सतनाम वाहेगुरु। महाराज कहते साड़ी धी अमृतधारी बची चार रंगड़ पै गए उस बच्ची ने अमृत वेले का ऐड़ा भी संभालिया है उस बच्ची ने दूजा ऐड़ा अमृत की दात भी संभाली उस बच्ची ने तीजा ऐड़ा अमृत बाणी नाल जुड़ी है वह भी संभाली तिने ऐड़े संभाले महाराज कहते चार रंगड़ पै गए उहदियां अरदासां पहुंच गई असी उठ के आ जड़ी श्री साहब कड के वो चारे रंगड़ा दे सिर आखो सतना हाँ उदी राखी कीती बच्ची इनू कहिंदे तारण हारिया एथे उथे रखवाला प्रभ सतगुर दीनदयाल तू आनंदपुर साहिब ही बैठे बियाबान जंगल विच भीड़ बनी बच्ची ते उथे भी बैठे साजनड़ा मेरा साजनड़ा निकट खलोएड़ा मेरा साजन इनू कहिंदे तारण हारिया चतर चक्रवर्ती चतर चक्र भुगते स्वयंभुक स्वभंग सर्वदा सर्व जुगते दुकालंग प्रणासी दयालंग स्वरूपे सदा अंग संग हर जगह अंग संग पहुंचण वाला है तू गुरु गोबिंद सिंह राजे भीम चंद ने देवी चंद नूं भेजिया जसूस बना के जसूसी कर गुरु गोबिंद सिंह दे दरबार दी जिवें बाबा सुखदेव सिंह जी ने चंबे बचन सुनाया गुरु साहब जी का दरबार पूरा ठाठ हुंदा ठाठ आखो सतनाम हुण चंबे जदों पाठी बाहर आए 40-50 सारयां दे गलां 'च सेहरे वह भी ऐ ठाठ लगता पिया ही दूर गुरु का दरबार वेख के मन बदला दे वाहिगुरु चला दे
गुरु गोबिंद सिंह जी के दरबार विच चौबदार सिंह भी खलोंदे सी बाणा भाग पंज प्यारे भी बाणा भाग और भी सिंह दरबार ना फिर मन नूं वजदा सी ਉਹ ਆਇਆ ਤੇ ਜਸੂਸੀ ਕਰਨ ਸੀ ਪਰ ਦਰਬਾਰ ਵੇਖ ਕੇ ਸ਼ਾਨ ਵੇਖ ਕੇ ਅੰਮ੍ਰਿਤ ਵੇਲਾ ਸਿੱਖਾਂ ਦਾ ਬਾਣੀ ਬਾਣਾ ਵੇਖ ਕੇ ਵਿਕ ਗਿਆ ਆਖੋ ਸਾਖਾ ਸਰ ਹਿੰਟ ਦੇ ਰਿਹਾ ਹੁਣ ਜਾ ਕੇ ਦੱਸਣੀ ਸੀ ਜਸੂਸੀ ਤੇ ਉਹ ਸਾਰੀ ਸਿਫਤ ਕਰਦੀ ਉਹਦੇ ਦਰਬਾਰ ਬੜਾ ਤਕੜਾ ਉਹਨਾਂ ਦਾ ਵੈਰ ਹੀ ਕੋਈ ਨਹੀਂ ਈਰਖਾਈ ਕੋਈ ਉਹਦੇ ਦੇ ਸ਼ਬਦ ਦੇ ਪਹਿਰੇ ਨਾਮ ਬਾਣੀ ਦੇ ਪਹਿਰੇ ਦਰਬਾਰ ਵੜਦਿਆਂ ਹੀ ਹੰਡ ਪੈ ਜਾਂਦੀ ਹੈ ਗੁਰੂ ਦੇ ਸਿੰਘਾਂ ਦੇ ਬਾਣੇ ਵੇਖ ਕੇ ਜਕਾਰੇ ਵੇਖ ਕੇ ਉਹ ਫਿਰ ਭੀਮ ਚੰਦ ਕੋ ਜਦੋਂ ਬਰਦਾਸ਼ ਨਾ ਹੋਇਆ ਕਹਿੰਦਾ ਜਿਹੜੀਆਂ ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰਕੇ ਆਇਆ ਗੁਰੂ ਗੋਬਿੰਦ ਸਿੰਘ ਦੇ ਇਹਨਾਂ ਅੱਖਾਂ ਵਿੱਚ ਗਰਮ ਸੂਏ ਕਰਕੇ ਖਵੋ ਕੇ ਇਹਨੂੰ ਪਹਾੜੀ ਤੋਂ ਸੁੱਟ ਦਿਓ ਆਖੋ ਸਾਦਾ ਵਾਹਿਗੁਰੂ ਤਾਰਨ ਆ ਰਿਹਾ ਉਹ ਸਿਪਾਹੀ ਜਿਹੜੇ ਹੁਕਮ ਮੰਨਦੇ ਸੀ ਹੁਣ ਦੇਵੀ ਚੰਦ ਨੂੰ ਲੈ ਕੇ ਜਾ ਰਹੇ ਤੇ ਕਹਿੰਦੇ ਦੇਵੀ ਚੰਦ ਤੇਰੇ ਅੰਡਰ ਰਹੇ ਆ ਰਾਜੇ ਦਾ ਹੁਕਮ ਹੈ ਮੰਨਣਾ ਵੀ ਪੈਣਾ ਕੋਈ ਰੈਤ ਰੂਤ ਕਹਿਣਾ ਤੇ ਕਰਦੇ ਨੇ ਆਖੋ ਸਤਨਾਮ ਵਾਹਿਗੁਰੂ ਉਹ ਕਹਿੰਦਾ ਮੈਨੂੰ ਇੰਨੀ ਕਿ ਰੈਤ ਕਰ ਦਿਓ ਸੂਏ ਗਰਮ ਕਰੋ ਅੱਖਾਂ 'ਚ ਖਵੋਵੋ ਇੰਨੀ ਕਿ ਰੈਤ ਕਰਦੇ ਜਦੋਂ ਮੈਂ ਬਾਂਹ ਖੜੀ ਕਰਾਂ ਉਦੋਂ ਖਵੋਇਓ ਆਖੋ ਸਤਨਾਮ ਵਾਹਿਗੁਰੂ ਜਦੋਂ ਮੈਂ ਹੱਥ ਖੜਾ ਕਰਾਂ ਉਦੋਂ ਉਹ ਫਿਰ ਦੇਵੀ ਚੰਦ ਜਦੋਂ ਬਹਿ ਗਿਆ ਤਾਰਨ ਹਾਰਿਆ ਗੁਰੂ ਗੋਬਿੰਦ ਸਿੰਘ ਦਾ ਧਿਆਨ ਧਰ ਲਿਆ ਚਰਨਾਂ ਦਾ ਆਖੋ ਸਾਧਨਾ ਇਹਨਾਂ ਅੱਖਾਂ ਵਿੱਚ ਚਰਨ ਵਸਾ ਲੈ ਵਿੱਚ ਅੱਖੀ ਗੁਰਪੈਰ ਭਰਾਈ ਧਿਆਨ ਚ ਤਾਕਤ ਬਖਸ਼ਿਸ਼ ਇੱਕ ਦਿਨ ਇਹਨਾਂ ਦਾ ਧਿਆਨ ਦਾ ਨਸ਼ਾ ਆ ਜਾਏਗਾ ਤੁਹਾਨੂੰ ਅੱਖਾਂ ਖੋਲਣ ਤੇ ਦਿਲ ਹੀ ਨਹੀਂ ਕਰੇਗਾ ਕਿਵੇਂ ਤੈਨੂੰ ਬਾਹਰ ਕੱਢਾਂ ਆਖੋ ਸਾਧਨਾ ਵਾਹਿਗੁਰੂ ਐਸਾ ਨਸ਼ਾ ਧਿਆਨ ਉਹ ਜਦੋਂ ਧਿਆਨ ਪ੍ਰਪੱਕ ਹੋ ਗਿਆ ਉਹਨੇ ਬਾਂਹ ਖੜੀ ਕਰਤੀ ਵੀ ਪਾ ਲਓ ਕਾਰਵਾਈ ਉਹ ਫਿਰ ਜਦੋਂ ਸੂਏ ਖਵੋਏ ਮਾੜਾ ਜਿਹਾ ਧੱਕਾ ਦੇਤਾ ਵੀ ਚੱਲ ਬਾਦਸ਼ਾਹ ਨੇ ਕਿਹਾ ਸੀ ਪਹਾੜੀ ਤੋਂ ਡਿੱਗਣਾ ਹੁਣ ਆਪੇ ਹੁਣੇ ਤੇ ਕਿਤੋਂ ਬਚਣਾ ਹੁਣ ਜਦੋਂ ਘੰਟੇ ਦੋ ਘੰਟੇ ਬਾਅਦ ਉੱਠਿਆ ਅੱਖਾਂ ਮੱਲੀਆਂ ਰਾਜੀ ਹੈਂਟੀ ਦੇ ਰਹੇ ਦਾਸ ਸਿੱਧਾ ਆਨੰਦਪੁਰ ਸਾਹਿਬ ਪਹੁੰਚਿਆ ਵੀ ਹੁਣ ਮੈਨੂੰ ਕੋਈ ਬਚਾ ਸਕਦਾ ਤੇ ਉਹੀ ਜਾ ਕੇ ਸਿੱਖਾਂ ਨੂੰ ਕਿਹਾ ਮੈਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨੇ ਮੇਰੇ ਤੇ ਬੜੀ ਭੀੜ ਬੜੀ ਸਿੱਖ ਕਹਿੰਦੇ ਮਹਾਰਾਜ ਦੇ ਚਰਨਾਂ ਨੂੰ ਰਾਤ ਦੀ ਤਕਲੀਫ ਹੈ ਆਖੋ ਸਤਨਾਮ ਵਾਹਿਗੁਰੂ ਉਹ ਕਹਿੰਦਾ ਮੇਰੇ ਬੜੇ ਜ਼ਰੂਰੀ ਦਰਸ਼ਨ ਸੁਣਿਆ ਦਿਓ ਜਦੋਂ ਫਿਰ ਮਹਾਰਾਜ ਕਹਿੰਦੇ ਆਣ ਦੇ ਅੰਦਰ ਗਿਆ ਤੇ ਮਹਾਰਾਜ ਦੇ ਪੈਰਾਂ ਤੇ ਪੱਟੀਆਂ ਮਹਾਰਾਜ ਇਹ ਕੀ ਗੁਰੂ ਗੋਬਿੰਦ ਸਿੰਘ ਕਹਿੰਦੇ ਦੁੱਖ ਦੇਵੇਂ ਵੀ ਆਪ ਤੇ ਪੁੱਛੇ ਵੀ ਆਪ ਆਖੋ ਸਤਨਾਮ ਤਕਲੀਫ ਦੇਵੇਂ ਵੀ ਆਪ ਤੇ ਪੁੱਛੇ ਮਹਾਰਾਜ ਮੈਂ ਦੱਸ ਜਦੋਂ ਸੂਏ ਗਰਮ ਕੀਤੇ ਕਿੱਥੇ ਧਿਆਨ ਸੀ ਕਹਿੰਦੇ ਗੱਜ ਕੇ ਸਤਨਾਮ ਹਾਰਿਆ ਸਦਾੰਗ ਸੰਗੇ ਮਹਾਰਾਜ ਤੁਹਾਡੇ ਚਰਨਾਂ 'ਚ ਫਿਰ ਮਹਾਰਾਜ ਕਹਿੰਦੇ ਉਹ ਸੂਏ ਤੇਰੀ ਅੱਖਾਂ 'ਚ ਨਹੀਂ ਸਾਡੇ ਚਰਨਾਂ 'ਚ ਤਕਲੀਫ ਆਖੋ ਸਤਨਾਮ ਇਹਨੂੰ ਕਹਿੰਦੇ ਆ ਇੱਥੇ ਉੱਥੇ ਮੇਰੇ ਗੁਰੂ ਸਮਰੱਥ ਹੈ ਤਾਰਨ ਦੀ ਤੂੰ ਤਾਰਨ ਹਾਰ ਹੈ ਸੱਜਿਆ ਪਾਤਸ਼ਾਹ।